ਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਜੀ ਆਇਆਂ ਨੂੰ ਜੀ ਖੁਸ਼ ਖਬਰੀ ਮੋਦੀ ਸਰਕਾਰ ਇਹਨਾਂ ਲੋਕਾਂ ਨੂੰ ਦੇਵੇਗੀ 7-7 ਲੱਖ ਰੁਪਏ ਇੰਜ ਕਰੋ ਅਪਲਾਈ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਉਹ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਅਤੇ ਸ਼ੇਅਰ ਵੀ ਕਰ ਦੇਮ ਤੇ ਨਾਲ ਹੀ ਨਾਲ ਜਿਨ੍ਹਾਂ ਨੇ ਆਨਲਾਈਨ ਸ਼ਾਪਿੰਗ ਕਰਨੀ ਹੈ ਉਸ ਦਾ ਲਿੰਕ ਡਿਸਕ੍ਰਿਪਸ਼ਨਸ ਦਿੱਤਾ ਹੋਇਆ ਹੈ ਤੁਸੀਂ ਇੱਥੇ ਆ ਕੇ ਆਨਲਾਈਨ ਸ਼ਾਪਿੰਗ ਕਰ ਸਕਦੇ ਹੋ 7 ਮਾਰਚ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਜਨ ਅਸ਼ੋਦੀ ਦਿਵਸ ਦੇ ਮੌਕੇ ਤੇ ਦੇਸ਼ ਦੇ 75ਵਾਂ 75 ਸੌਵਾਂ ਜਨ ਅਸ਼ੋਦੀ ਕੇਂਦਰ ਸਮਰਪਿਤ ਕੀਤਾ ਪੀਐਮ ਮੋਦੀ ਨੇ 1 ਸਾਲ ਦੇ ਅੰਦਰ ਜਨ ਸ਼ੋਧੀ ਕੇਂਦਰਾਂ ਦੀ ਗਿਣਤੀ ਵਧਾ ਕੇ 1 ਲੱਖ ਕਰਨ ਦਾ ਟੀਚਾ ਮਿੱਥਿਆ ਹੈ ਇਸ ਯੋਜਨਾ ਦੇ ذریعے ਕੇਂਦਰ ਸਰਕਾਰ ਲੋਕਾਂ ਨੂੰ ਸਸਤੀਆਂ ਦਰਾਂ ਤੇ ਦਵਾਈਆਂ ਮੁਹੱਈਆ ਕਰਵਾਏਗੀ ਮੋਦੀ ਸਰਕਾਰ ਇਸ ਦੇ ذریعے ਲੋਕਾਂ ਨੂੰ ਦੇਸ਼ ਦੇ ਕਈ ਹਿੱਸਿਆਂ ਵਿੱਚ ਪ੍ਰਧਾਨ ਮੰਤਰੀ ਜਨ ਜਨ ਅਸ਼ੋਧੀ ਕੇਂਦਰ ਖੋਲਣ ਲਈ ਉਤਸ਼ਾਹਿਤ ਕਰ ਰਹੀ ਹੈ ਆਓ ਜਾਣਦੇ ਹਾਂ ਦੇਸ਼ ਵਿੱਚ ਜਨ ਅਸ਼ੋਧੀ ਕੇਂਦਰ ਖੋਲਣ ਦੇ ਤਰੀਕੇ ਵਿੱਚ ਕਿੰਨਾ ਬਦਲਾਅ ਆਇਆ ਹੈ ਅਤੇ ਇਸ ਨਾਲ ਲੋਕਾਂ ਨੂੰ ਕਿੰਨੀ ਕਮਾਈ ਹੁੰਦੀ ਹੈ ਨਾਲ ਹੀ ਕੇਂਦਰ ਸਰਕਾਰ ਇਸ ਯੋਜਨਾ ਵਿੱਚ ਕਿੰਨੀ ਸਬਸਿਡੀ ਦਿੰਦੀ ਹੈ ਮੋਦੀ ਸਰਕਾਰ ਵੱਲੋਂ ਜਨਨਸ਼ੋਧੀ ਕੇਂਦਰ ਖੋਲਣ ਵਾਲਿਆਂ ਨੂੰ 5 ਲੱਖ ਰੁਪਏ ਤੱਕ ਦਾ ਲਾਭ ਦੇ ਰਹੀ ਹੈ ਪਰ ਜੇ ਇਹ ਕੇਂਦਰ ਇੱਕ ਉਤਸ਼ਾਹਿਤ ਜ਼ਿਲ੍ਹੇ ਵਿੱਚ ਖੋਲਿਆ ਜਾਂਦਾ ਹੈ ਤਾਂ 2 ਲੱਖ ਰੁਪਏ ਹੋਰ ਮਿਲਣਗੇ ਇਸ ਸਥਿਤੀ ਵਿੱਚ ਪ੍ਰੇਤ ਸਹਾਣ ਰਾਸ਼ੀ 7 ਲੱਖ ਰੁਪਏ ਹੋਵੇਗੀ ਜੋ ਕੋਈ ਔਰਤ ਅਪੰਗ ਅਨੁਸੂਚਿਤ ਜਾਤੀ ਦਾ ਅਨੁਸੂਚਿਤ ਜਨਜਾਤੀ ਨਾਲ ਸੰਬੰਧਿਤ ਵਿਅਕਤੀ ਜਨਨਿਸ਼ੋਧੀ ਕੇਂਦਰ ਖੋਲਦਾ ਹੈ ਤਾਂ ਮੋਦੀ ਸਰਕਾਰ 7 ਲੱਖ ਰੁਪਏ ਦੀ ਪ੍ਰੋਤਸਾਹਨ ਰਾਸ਼ੀ ਵੀ ਦੇਵੇਗੀ ਦਸਤਨਿਯੋਗ ਹੈ ਕਿ ਉਸ ਸਮਾਂ ਪਹਿਲਾ ਇਹ ਪ੍ਰੋਤਰਾਹਨ ਰਾਸ਼ੀ ਸਿਰਫ 2.2 ਲੱਖ ਰੁਪਏ ਸੀ ਹੁਣ ਮੋਦੀ ਸਰਕਾਰ ਇਸ ਯੋਜਨਾ ਦੇ ਤਹਿਤ ਜਨਨਿਸ਼ੋਧੀ ਕੇਂਦਰ ਦੇ ਫਰਨੀਚਰ ਅਤੇ ਹੋਰ ਜ਼ਰੂਰੀ ਸਹੂਲਤਾਂ ਤਿਆਰ ਕਰਨ ਲਈ ਪ੍ਰਤੀ ਕੇਂਦਰ 1.05 ਲੱਖ ਰੁਪਏ ਦੀ ਸਹਾਇਤਾ ਦੇਗੀ ਕੰਪਿਊਟਰਾਂ ਅਤੇ ਪ੍ਰਿੰਟਰਾਂ ਸਮੇਤ ਬਿਲਿੰਗ ਪ੍ਰਾਲੀ ਨੂੰ ਵਿਕਸਿਤ ਕਰਨ ਲਈ ਕੇਂਦਰ ਸਰਕਾਰ ਹਰੇਕ ਜਨਨਿਸ਼ੋਧੀ ਨੂੰ 50000 ਰੁਪਏ ਦੇ ਰਹੀ ਹੈ ਜਨਨਿਸ਼ੋਧੀ ਕੇਂਦਰ ਨੂੰ ਦਵਾਈਆਂ ਦੀ ਵਿਕਰੀ ਤੇ 20% ਤੱਕ ਕਮਿਸ਼ਨ ਮਿਲਦਾ ਹੈ ਜੇ ਤੁਸੀਂ ਜਨੋਸ਼ੋਧੀ ਕੇਂਦਰ ਖੋਲਣਾ ਚਾਹੁੰਦੇ ਹੋ ਤਾਂ ਤੁਹਾਨੂੰ ਜਨੋਸ਼ੋਧੀ ਕੇਂਦਰ ਦੇ ਨਾਮ ਤੇ ਰਿਟੇਲ ਡਰੱਗ ਸੇਲਸ ਦਾ ਲਾਇਸੈਂਸ ਦੇਣਾ ਪਵੇਗਾ ਇਸ ਦੇ ਲਈ ਤੁਹਾਨੂੰ janoshodi.gov.in ਤੇ ਆਨਲਾਈਨ ਰਜਿਸਟ੍ਰੇਸ਼ਨ ਤੇ ਫਾਰਮ ਅਪਲੋਡ ਕਰਨਾ ਪਵੇਗਾ ਪਹਿਲਾਂ ਦੀ ਤੁਲਨਾ ਇਸ ਯੋਜਨਾ ਦੇ ਵਿੱਚ ਤਬਦੀਲ ਕੀਤੀ ਗਈ ਹੈ ਹੁਣ ਬਿਨੇ ਪੱਤਰ ਫੀਸ ਵਿੱਚ 5000 ਦਾ ਭੁਗਤਾਨ ਕਰਨਾ ਪਵੇਗਾ ਇਸ ਤੋਂ ਪਹਿਲਾਂ ਸਰਕਾਰ ਵੱਲੋਂ ਕੋਈ ਵੀ ਬਿਨੇ ਪੱਤਰ ਫੀਸ ਨਹੀਂ ਲੈਂਦੀ ਜਾਂਦੀ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ